ਕਿ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਮਹਿੰਦ ਸਿੰਘ ਨੇ ਬਾਰਲਾ ਦੀ ਜੁਝਾਰ ਪਾਸੋਂ ਨਾਲ ਮਰੇ ਵਿਅਕਤੀ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਸੀ। ਪਰ ਕੁਝ ਦਿਨ ਬੀਤਣ ਤੋਂ ਬਾਅਦ ਲਾਸ਼ ਨੂੰ ਚੌਂਕ 'ਚ ਰੱਖ ਧਰਨਾ ਲਗਾਇਆ ਗਿਆ। ਕੁਝ ਦਿਨ ਪਹਿਲਾਂ ਇੱਕ ਵਿਅਕਤੀ ਦੀ ਬੱਸ ਦੇ ਹੇਠਾਂ ਆ ਜਾਣ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਪਰਚਾ ਦਰਜ ਕੀਤਾ ਗਿਆ। ਤਿੰਨ ਦਿਨ ਹੋ ਗਏ ਜੀ, ਇਹਨਾਂ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਜੀ। ਨਾ ਤਾਂ ਬੱਸ ਵਾਲਾ ਬੱਸ ਰੋਕ ਰਿਹਾ ਆਪਦੀ, ਉਹ ਕਹਿੰਦਾ ਜੋ ਹੁੰਦਾ ਤੁਹਾਡੇ ਤੋਂ ਕਰ ਲਓ, FRI ਕਟਾ ਰਹੀ ਆ। ਅਸੀਂ ਤਾਂ ਇਹ ਕਹਿੰਦੇ ਤਿੰਨ ਬੱਚਿਆਂ ਨੂੰ ਇਨਸਾਫ ਮਿਲ ਜੇ। ਦੇਖੋ ਮਹਾਰਾਜ ਦੀ ਕਿਰਪਾ ਨਾਲ ਵੀ ਸਭ ਦੇ ਇੱਕੋ ਜਿਹੇ ਬੱਚੇ ਹੁੰਦੇ ਆ, ਉਹਨੂੰ ਤਿੰਨਾਂ ਬੱਚਿਆਂ ਨੂੰ ਇਨਸਾਫ ਮਿਲ ਜੇ ਤੇ ਅਸੀਂ ਇਹ ਜਿਹੜੀ ਅਰਥੀ ਆ ਅਰਥ ਲੈ ਕੇ ਲਾ ਦਾਂਗੇ ਉਦੋਂ ਹੀ। ਤੇ ਜੇ ਸਾਨੂੰ ਸਰਕਾਰ ਦੱਸ ਦੇਵੇ ਵੀ ਭਾਈ ਅਸੀਂ ਉਹਨੂੰ ਅਰੈਸਟ ਕਰ ਲੈਂਦੇ ਹਾਂ, ਤਿੰਨ ਦਿਨ ਹੋ ਗਏ, ਨਾ ਤਾਂ ਇੱਕ ਨੰਬਰ ਵਾਲਾ ਕੋਈ ਕਹਿ ਰਿਹਾ ਜੀ, ਨਾ ਹੀ ਕੋਈ ਇਹਨਾਂ ਨੂੰ ਬੱਚਿਆਂ ਨੂੂੰ ਇਨਸਾਫ ਮਿਲ ਰਿਹਾ। ਨਹੀਂ ਪਾਤਸ਼ਾਹੀਓ, ਸਾਡੇ ਵਾਸੀ ਚਿੱਟਾ ਬੰਦ ਹੋਇਆ, ਉਹ ਵੀ ਅਸੀਂ ਕਰਾਇਆ, ਕਿਸੇ MC ਨੇ ਨਹੀਂ ਕਰਾਇਆ। ਉਹ ਵੀ ਵੇਖ ਲਓ, ਸ਼ਹਿਰ ਦੇ 30 ਸਾਲ ਹੋ ਗਏ ਜੀ, ਮੇਰਾ ਭਤੀਜਾ ਮਰਿਆ ਹੀ ਸਕਾ, ਤੇ ਉਹ ਵੇਖ ਲਓ ਉਹ ਵੀ ਅਸੀਂ ਬੰਦ ਕਰਾਇਆ ਜੀ ਵਾਸੀ ਸਾਧ ਵਾਲੀ ਚੋਂ। ਪਾਤਸ਼ਾਹੀਓ ਪਰਚਾ ਵੀ ਦਿੱਤਾ ਅਸੀਂ, ਸਾਰਾ ਕੁਝ ਹੀ ਹੋਇਆ। ਵੇਖ ਲਓ ਅਸੀਂ ਤਾਂ ਇਹ ਕਹਿਣਾ ਚਾਹਾਂਗੇ, ਅਸੀਂ ਹੱਥ ਜੋੜ ਕੇ ਬੇਨਤੀ ਆ, ਅਸੀਂ ਕੁਛ ਨਹੀਂ ਕਰਦੇ, ਅਸੀਂ ਨੰਗੀਆਂ ਤਲਵਾਰਾਂ ਨਹੀਂ ਕਰਦੇ, ਪਰ ਸਾਨੂੰ ਇੰਨਾ ਵੱਟ ਇਨਸਾਫ ਮਿਲ ਜੇ। ਆਹ ਤਿੰਨ ਬੱਚੇ ਆ ਸਾਡੇ ਮੁਹੱਲੇ 'ਚੋਂ ਵੀ, ਤਿੰਨ ਬੰਦੇ ਚਿੱਟੇ ਵਾਲੇ ਫੜੇ ਹੋਏ ਆ, ਮੇਰੀਆਂ ਅਖਬਾਰਾਂ 'ਤੇ ਵੀ ਲਾਈਆਂ ਹੋਈਆਂ ਫੋਟੋਆਂ, SHO ਸਾਹਿਬ ਦੇ ਵੀ। ਇਹ ਇੰਸੀਡੈਂਟ ਸ਼ੁੱਕਰਵਾਰ ਹੋਇਆ ਜੀ, ਸ਼ੁੱਕਰਵਾਰ ਹੋਇਆ ਸਾਡੇ ਮੁਹੱਲੇ 'ਚ ਵੀ। ਇਹਨਾਂ ਦਾ ਵੀ ਚਲੋ ਇਹੀ ਆ, ਮੈਨੂੰ ਨਗਾਹੇ ਰੋਡ 'ਤੇ ਚਿੱਟੇ ਖਾਤਰ ਹੀ ਸੱਦਿਆ ਗਿਆ ਸੀ। ਮੇਰਾ ਹੈਗਾ ਵਾਸੀ ਸਾਹਿਬ ਵਾਲੀ ਨੰਗਾ ਸਿੰਘਾਂ ਦਾ ਪੜਾ ਜੀ, ਅਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਹ ਮੈਟਰ ਦਿਖਾਇਆ, ਕਹਿੰਦੇ ਬਾਬਾ ਜੀ ਸਾਡਾ ਇਨਸਾਫ ਕਰੋ। ਮੈਂ ਕਿਹਾ ਵੀਰ ਜੀ ਤੁਹਾਡਾ ਇਨਸਾਫ ਹੋ ਜੂਗਾ, ਚੜ੍ਹਦੀ ਕਲਾ ਵਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 3 ਦਿਨਾਂ ਬਾਅਦ ਵੀ ਬੱਸ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। ਵੀਰੇ ਐਕਸੀਡੈਂਟ ਹੋਇਆ ਸੀਗਾ ਸ਼ੁੱਕਰਵਾਰ ਨੂੰ, ਤੇ ਉਹਨਾਂ ਨੇ ਸਰਕਾਰੀ ਹਸਪਤਾਲ ਲੈ ਕੇ ਗਏ, ਉਹਨਾਂ ਨੇ ਜਵਾਬ ਦਿੱਤਾ, ਫਰੀਦਕੋਟ ਲੈ ਕੇ ਗਏ, ਉੱਥੇ ਸਹੀ ਇਲਾਜ ਨਹੀਂ ਹੋਇਆ। ਬੱਸ ਨਾਲ ਹੋਈ ਸੀ। ਕੱਲਾ ਕੱਲਾ ਕਮਾਉਣ ਵਾਲਾ ਸੀ, ਮੈਨੂੰ ਖਰਚਾ ਪਾਣੀ ਕਿੱਥੋਂ ਕੌਣ ਦੇਵੇ ਮੈਨੂੰ? ਮੈਂ ਜਵਾਕ ਪੜ੍ਹਾਉਣੇ ਲਿਖਾਉਣੇ ਕਿੰਨੇ ਔਖੇ ਹੁੰਦੇ ਮੈਨੂੰ, ਮੈਨੂੰ ਇਨਸਾਫ ਚਾਹੀਦਾ। ਮੈਨੂੰ ਨਾ ਦੇ ਪੈਸੇ ਮੇਰੇ ਬੱਚਿਆਂ ਨੂੰ, ਉਹ ਇਨਸਾਫ ਚਾਹੀਦਾ ਬਸ, ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਗੀ। ਮੇਰੇ ਬੱਚੇ ਬਾਰੇ ਸੋਚ ਲਓ, 12 ਸਾਲ ਦਾ ਰੋਟੀ ਪਾਣੀ ਦਾ। ਮੈਂ ਪੜ੍ਹਾਉਣਾ ਲਿਖਾਉਣਾ ਬਾਹਰਲੇ ਸ਼ਹਿਰ 'ਚ ਬੈਠੀ ਹਾਂ, ਮੈਂ ਕਿਹੜਾ ਆਪਦੇ ਘਰ ਬੈਠੀ ਹਾਂ? ਜਾਣਕਾਰੀ ਦਿੰਦੇ ਹੋਏ ਮੋਗਾ ਦੇ DSP ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਬੰਧਿਤ ਪੁਲਿਸ ਨੇ ਪਹਿਲਾਂ ਹੀ ਕੇਸ ਦਰਜ ਕਰ ਲਿਆ ਸੀ, ਪਰ ਬੱਸ ਚਾਲਕ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਹ ਪਰਿਵਾਰ ਨੂੰ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਵੀ ਸਾਡੀ ਕਾਰਵਾਈ ਨਹੀਂ ਹੋਈ, ਜਦੋਂ ਕਿ ਅਸੀਂ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਉਹ ਬੱਸ ਦੇ ਡਰਾਈਵਰ ਦੇ ਖਿਲਾਫ਼ ਮੁਕਦਮਾ ਦਰਜ ਕੀਤਾ ਹੋਇਆ, ਉਹਦੀ ਗ੍ਰਿਫਤਾਰੀ ਰਹਿੰਦੀ ਹੈ। ਅਸੀਂ ਮੈਂ ਇਹਨਾਂ ਨਾਲ ਗੱਲ ਕੀਤੀ ਹੈ, ਅਸੀਂ ਉਹ ਬੱਸ ਦੇ ਡਰਾਈਵਰ ਦੇ ਖਿਲਾਫ਼ ਜਿਹੜੀ ਪਰਚੇ ਦਰਜ ਹੋਇਆ ਉਹਦੇ ਵਿੱਚ ਅਰੈਸਟ ਪਾਵਾਂਗੇ ਅਤੇ ਬੱਸ ਵੀ ਕਬਜ਼ੇ 'ਚ ਲਵਾਂਗੇ। ਕਿਹੜੀ ਕੰਪਨੀ ਦੀ ਬੱਸ ਸੀਗੀ? ਇਹ ਜੁਝਾਰ ਬੱਸ ਹੈਗੀ ਹੈ ਜੀ। ਬੱਸ ਫੜੀ ਗਈ ਜੀ, ਬੱਸ ਕਬਜ਼ੇ 'ਚ ਹੈ? ਨਹੀਂ, ਬੱਸ ਕਬਜ਼ੇ 'ਚ ਲੈਣੀ ਆ ਜੀ, ਬੱਸ ਵੀ ਕਬਜ਼ੇ ਲਵਾਂਗੇ, ਡਰਾਈਵਰ ਵੀ ਉਹਦੀ ਅਰੈਸਟ ਪਾਵਾਂਗੇ। ਤੁਹਾਨੂੰ ਲੱਗਦਾ ਜੀ ਕਾਨੂੰਨ ਨੂੰ ਵਾਰ ਵਾਰ ਹੱਥ 'ਚ ਲਿਆ ਜਾ ਰਿਹਾ, ਪਹਿਲਾਂ ਲਹਿਰਾ ਕੇ ਜਿਹੜੀਆਂ ਤਲਵਾਰਾਂ ਸਿਟੀ 2 'ਚ ਲਾਈਆਂ ਗਈਆਂ, ਅੱਜ ਇੱਥੇ ਵੀ ਚੌਂਕ 'ਚ ਲਾਈਆਂ ਗਈਆਂ? ਉਹਦੇ ਬਾਰੇ ਇਸ ਤਰ੍ਹਾਂ ਜੇ ਇਹਨਾਂ ਦੇ ਮਨ ਦੇ ਵਿੱਚ ਕੋਈ ਗਲਤ ਕਿਸੇ ਨੇ ਵਿਚਾਰ ਦਿੱਤਾ ਵੀ ਇਹਦੀ ਕਾਰਵਾਈ ਨਹੀਂ ਹੋਣੀ, ਜਦੋਂ ਕਿ ਜਦੋਂ ਮੈਂ ਆ ਕੇ ਗੱਲ ਕੀਤੀ ਤਾਂ 1 ਮਿੰਟ ਦੇ ਵਿੱਚ ਮੇਰੇ ਨਾਲ ਸਹਿਮਤ ਹੋਏ ਆ ਔਰ ਡੈੱਡ ਬੋਡੀ ਲਿਜਾ ਕੇ ਉਹਦਾ ਸੰਸਕਾਰ ਕਰ ਰਹੇ ਆ। ਕਈ ਵਾਰ ਕੋਈ ਕਿਸੇ ਆਦਮੀ ਨੂੰ ਕੋਈ ਗਲਤ ਕੋਈ ਮਨਸ਼ਾ ਦੇ ਦਿਮਾਗ ਦੇ ਵਿੱਚ ਆ ਜਾਂਦੀ ਹੈ। ਅਜਿਹੀਆਂ ਕਈ ਬੱਸਾਂ ਜੋ ਸਿਆਸੀ ਘਰਾਣਿਆਂ ਨਾਲ ਸੰਬੰਧ ਰੱਖਦੀਆਂ ਨੇ, ਉਹ ਪੰਜਾਬ ਦੀਆਂ ਸੜਕਾਂ ਤੇ ਤਾਂਡਵ ਰੋਜ਼ ਮਚਾਉਂਦੀਆਂ ਨੇ, ਜਿਨ੍ਹਾਂ ਦੇ ਸਖਤੀ ਨਾਲ ਪਰਮਿਟ ਰੱਦ ਕਰਨ ਦੀ ਜ਼ਰੂਰਤ ਹੈ। ਮੋਗਾ ਤੋਂ ਚਮਕੌਰ ਲੋਪੋ ਦੀ ਵਿਸ਼ੇਸ਼ ਰਿਪੋਰਟ, ਪੰਜਾਬੀ TV।